ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੀ ਵੱਡੀ ਖਬਰ ਕਤਲ ਕਰਨ ਤੋਂ ਬਾਅਦ ਯਾਨੀ ਕੀ ਉਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਸ਼ੂਟਰ ਨੇ ਉਹ ਜਵਾਰਕੇ ਪਿੰਡ ਤੋਂ ਠੀਕ 10 ਕਿਲੋਮੀਟਰ ਦੂਰ ਪਿੰਡ ਖਿਆਲਾ ਦੇ ਵਿੱਚ ਲੁਕੇ ਰਹੇ ਨੇ ਅੱਧੇ ਤੋਂ ਪੌਣੇ ਘੰਟੇ ਦਾ ਸਮਾਂ ਦੱਸਿਆ ਜਾ ਰਿਹਾ ਜਿੱਥੇ ਉਹ ਪਾਣੀ ਵਾਲੀ ਟੈਂਕੀ ਤੇ ਲੁਕੇ ਰਹੇ ਨੇ ਤਸਵੀਰਾਂ ਤੁਹਾਨੂੰ ਸਥਾਨ ਦੀਆਂ ਦਿਖਾਵਾਂਗੇ ਜਿਸ ਥਾਂ ਤੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਉੱਥੋਂ ਸਿਰਫ 10 ਕਿਲੋਮੀਟਰ ਦੂਰ ਹੈ ਥਾਂ ਜਿੱਥੇ ਅੱਧੇ ਤੋਂ ਪੌਣਾ ਘੰਟਾ ਰੁਕੇ ਰਹੇ ਨੇ ਉੱਥੇ ਲੁਕੇ ਬੈਠੇ ਸਨ ਔਰ ਜਿਹੜਾ ਹਥਿਆਰ ਜਿਹੜੀ 9mm ਦੀ ਪਿਸਤਲ ਦੀ ਵਰਤੋਂ ਕੀਤੀ ਗਈ ਸੀ ਉਸ ਹਥਿਆਰ ਨੂੰ ਵੀ ਉਸੇ ਥਾਂ ਮਿੱਟੀ ਦੇ ਵਿੱਚ ਦਬ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਇਹ ਹਥਿਆਰ ਜਿਹੜੇ ਨੇ ਕਾਬੂ ਕਰ ਲਏ ਗਏ ਨੇ ਪਰ ਵੱਡੀ ਖਬਰ ਹੁਣ ਲਾਪਰਵਾਹੀ ਪੰਜਾਬ ਪੁਲਿਸ ਦੀ ਲਾਪਰਵਾਹੀ ਤੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਸਿਰਫ 10 ਕਿਲੋਮੀਟਰ ਦੂਰ ਸੀ ਇਹ ਥਾਂ ਕੋਈ ਬਹੁਤਾ ਸਮਾਂ ਨਹੀਂ ਸੀ ਲੱਗਣਾ ਔਰ ਇਹਨਾਂ ਸ਼ੂਟਰਾਂ ਨੂੰ ਫੜਨ ਦੀ ਥਾਂ ਤੇ ਨਾਕੇ ਲਾਉਣ ਦੀ ਥਾਂ ਤੇ ਔਰ ਇਹਨਾਂ ਦੇ ਪਿੱਛੇ ਜਾਣ ਦੀ ਥਾਂ ਤੇ ਇਹਨਾਂ ਨੂੰ ਹਿਰਾਸਤ ਚ ਲੈਣ ਦੀ ਥਾਂ ਤੇ ਪੁਲਿਸ ਹਸਪਤਾਲ ਪਹੁੰਚਦੀ ਹੈ ਜਾਂ ਜਵਾਰ ਕੇ ਪਿੰਡ ਜਿੱਥੇ ਇਸ ਘਟਨਾ ਨੂੰ ਅੰਜam ਦਿੱਤਾ ਜਾਂਦਾ ਹੈ ਉੱਥੇ ਹੀ ਇਕੱਠ ਨੂੰ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦੇ ਪਿੱਛੇ ਇਹਨਾਂ ਦਾ ਪਿੱਛਾ ਨਹੀਂ ਕੀਤਾ ਜਾਂਦਾ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਸਿਰਫ 10 ਕਿਲੋਮੀਟਰ ਦਾ ਰਾਹ ਜਿਹੜਾ ਹੈ ਪਿੰਡ ਜਵਾਰ ਕੇ ਤੋਂ ਪਿੰਡ ਖਿਆਲਾ ਦਾ ਦੱਸਿਆ ਜਾ ਰਿਹਾ ਹੈ ਔਰ ਇਸ ਪਾਣੀ ਵਾਲੀ ਟੈਂਕੀ ਤੇ ਤਕਰੀਬਨ ਅੱਧੇ ਤੋਂ ਪੌਣਾ ਘੰਟਾ ਸ਼ੂਟਰ ਜਿਹੜੇ ਨੇ ਉਹ ਲੁਕੇ ਰਹੇ ਨੇ ਆਪਣੇ ਹੋਰ ਸਾਥੀਆਂ ਦੀ ਇੱਥੇ ਬਹਿ ਕੇ ਵੇਟ ਕਰਦੇ ਨੇ ਇੰਤਜ਼ਾਰ ਕਰਦੇ ਨੇ ਉਹਨਾਂ ਦਾ ਉਹਨਾਂ ਨੂੰ ਲੋਕੇਸ਼ਨ ਭੇਜੀ ਜਾਂਦੀ ਹੈ ਤੇ ਜਦੋਂ ਇਹਨਾਂ ਦੇ ਸਾਥੀ ਉੱਥੇ ਪਹੁੰਚਦੇ ਨੇ ਉੱਥੇ ਲੈ ਕੇ ਉਹਨਾਂ ਨੂੰ ਫਰਾਰ ਹੋ ਜਾਂਦੇ ਨੇ ਤਾਂ ਹਰਿਆਣਾ ਦਾ ਬਾਰਡਰ ਟੱਪਿਆ ਜਾਂਦਾ ਹੁਣ ਤੱਕ ਦੀ ਵੱਡੀ ਖਬਰ ਬਾਰਡਰ ਕਿਉਂ ਸੀਲ ਨਹੀਂ ਕੀਤੇ ਗਏ ਬੈਰੀਕੇਡਿੰਗ ਕਿਉਂ ਨਹੀਂ ਕੀਤੀ ਗਈ ਨਾਕਾ ਕਿਉਂ ਨਹੀਂ ਲਾਇਆ ਗਿਆ ਕਿਸ ਤਰ੍ਹਾਂ ਇਹ ਸ਼ੂਟਰ ਭੱਜਣ ਦੇ ਵਿੱਚ ਕਾਮਯਾਬ ਹੁੰਦੇ ਨੇ 3 ਮਹੀਨੇ ਹੋ ਚੁੱਕੇ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਔਰ ਵੱਡੀ ਖਬਰ ਇਸ ਦੇ ਵਿਚਾਲੇ ਸਾਹਮਣੇ ਆ ਰਹੀ ਹੈ ਕਿ ਪਿੰਡ ਜਵਾਰਕੇ ਤੋਂ ਸਿਰਫ 10 ਕਿਲੋਮੀਟਰ ਦਾ ਰਾਹ ਸੀ ਪਿੰਡ ਖਿਆਲਾ ਦਾ ਜਿੱਥੇ ਅੱਧੇ ਤੋਂ ਪੌਣਾ ਘੰਟਾ ਜਿਹੜੇ ਸ਼ੂਟਰ ਨੇ ਉਹ ਲੁਕੇ ਰਹੇ ਨੇ ਪਾਣੀ ਵਾਲੀ ਟੈਂਕੀ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਠੀਕ ਇਸੇ ਥਾਂ ਤੇ ਅੱਧੇ ਤੋਂ ਪੌਣਾ ਘੰਟਾ ਇਹ ਸ਼ੂਟਰ ਰੁਕਦੇ ਨੇ ਉਡੀਕ ਕਰਦੇ ਨੇ ਆਪਣੇ ਹੋਰ ਸਾਥੀਆਂ ਦੀ ਉਹਨਾਂ ਨੂੰ WhatsApp ਤੇ ਲੋਕੇਸ਼ਨ ਭੇਜੀ ਜਾਂਦੀ ਔਰ ਉਸ ਤੋਂ ਬਾਅਦ ਉਸ ਲੋਕੇਸ਼ਨ ਤੇ ਜਦੋਂ ਸਾਥੀ ਪਹੁੰਚਦੇ ਨੇ ਤਾਂ ਬਲੇਰੋ ਗੱਡੀ ਦੇ ਵਿੱਚ ਬੈਠ ਕੇ ਉਥੋਂ फरार हो ਜਾਂਦੇ ਨੇ ਸ਼ੂਟਰ ਵੱਡੀ ਖਬਰ ਔਰ ਪੰਜਾਬ ਪੁਲਿਸ ਦੀ ਲਾਪਰਵਾਹੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਉਸੇ ਵੇਲੇ ਮੁਸਤੈਦ ਕਿਉਂ ਨਹੀਂ ਹੋਈ ਪੁਲਿਸ ਕਿਉਂਕਿ ਮੂਸੇ ਵਾਲੇ ਦੇ ਕਤਲ ਦੀ ਖਬਰ ਬਹੁਤ ਤੇਜ਼ੀ ਦੇ ਨਾਲ ਫੈਲੀ ਸੀ ਔਰ ਉਥੇ ਮੌਜੂਦ ਪ੍ਰਤੱਖ ਦਰਸ਼ੀਆਂ ਨੇ ਚਾਹੇ ਉਹ ਸਾਬਕਾ ਫੌਜੀ ਹੋਵੇ ਜਾਂ ਹੋਰ ਨੌਜਵਾਨ ਜਿਨ੍ਹਾਂ ਨੇ ਸਿੱਧੂ ਦੀ ਗੱਡੀ ਦਾ ਜਿਹੜਾ ਦਰਵਾਜ਼ਾ ਅਨਲੌਕ ਕੀਤਾ ਉਸ ਨੂੰ ਬਾਹਰ ਕੱਢਿਆ ਉਹਨਾਂ ਵੱਲੋਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਕਿਸ ਰਾਹ ਪਏ ਨੇ ਉਹ ਸ਼ੂਟਰ ਪਰ ਪਿੱਛਾ ਨਹੀਂ ਕੀਤਾ ਗਿਆ ਔਰ ਉਸ ਤੋਂ ਬਾਅਦ ਇਹ ਸ਼ੂਟਰ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਬਾਰਡਰ ਤੱਕ ਸੀਲ ਨਹੀਂ ਹੋਏ ਸਨ ਬੈਰੀਕੇਡਿੰਗ ਨਹੀਂ ਹੋਈ ਨਾਕੇ ਨਹੀਂ ਲਗਾਏ ਗਏ ਜਿਸ ਕਰਕੇ ਅੱਧੇ ਤੋਂ ਪੌਣਾ ਘੰਟਾ ਪਹਿਲਾਂ ਪਿੰਡ ਖਿਆਲਾ ਦੇ ਵਿੱਚ ਉਡੀਕ ਕੀਤੀ ਜਾਂਦੀ ਇਹਨਾਂ ਸ਼ੂਟਰਾਂ ਵੱਲੋਂ ਆਪਣੇ ਸਾਥੀਆਂ ਦੀ ਔਰ ਉਸ ਤੋਂ ਬਾਅਦ ਜਦੋਂ ਸਾਥੀ ਇਹਨਾਂ ਨੂੰ ਲੈਂਡ ਪਹੁੰਚਦੇ ਨੇ ਤਾਂ ਉਥੋਂ ਫਰਾਰ ਹੋ ਜਾਂਦੇ ਨੇ ਇਹ ਤਾਂ ਕਿਉਂ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਉਸੇ ਵੇਲੇ ਕਾਮਯਾਬ ਨਹੀਂ ਹੋਈ ਕਿਉਂ ਮੁਸਤੈਦੀ ਨਹੀਂ ਦਿਖਾਈ ਗਈ ਹੈ ਵੱਡੇ ਸਵਾਲ ਨੇ ਪਰ ਜੋ ਤੁਹਾਨੂੰ ਹੁਣ ਅਸੀਂ ਤਸਵੀਰਾਂ ਦਿਖਾਵਾਂਗੇ ਪਿੰਡ ਖਿਆਲਾ ਦੀਆਂ ਉਹ ਤਸਵੀਰਾਂ ਇਹ ਦੇਖੋ ਠੀਕ ਇਹੀ ਪਾਣੀ ਵਾਲੀ ਟੈਂਕੀ ਤੇ ਦੱਸਿਆ ਜਾ ਰਿਹਾ ਕਿ ਇਹ ਸ਼ੂਟਰ ਜਿਹੜੇ ਨੇ ਉਹ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੇ ਪੌਣਾ ਘੰਟਾ ਦੇ ਤੋਂ ਪੌਣਾ ਘੰਟਾ ਲੁਕੇ ਰਹੇ ਨੇ ਇੱਥੇ ਬੈਠੇ ਰਹੇ ਨੇ ਸਾਥੀਆਂ ਦੀ ਉਡੀਕ ਕੀਤੀ ਆ ਪਰ ਪੁਲਿਸ ਇਹਨਾਂ ਦਾ ਪਿੱਛਾ ਕਰਨ ਦੀ ਬਜਾਏ ਹਸਪਤਾਲ ਦੇ ਵਿੱਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੁਸੇਹਾਲੇ ਨੂੰ ਪਿਆਰ ਕਰਨ ਵਾਲੇ ਉੱਥੇ ਪਹੁੰਚ ਜਾਂਦੇ ਨੇ ਹਸਪਤਾਲ ਔਰ ਪਿੰਡ ਜਵਾਰ ਕੇ ਵੱਡਾ ਇਕੱਠ ਹੁੰਦਾ ਤਾਂ ਸਿਰਫ ਉਸ ਭੀੜ ਨੂੰ ਕੰਟਰੋਲ ਕਰਨ ਵੱਲ ਧਿਆਨ ਦਿੱਤਾ ਗਿਆ ਇਹ ਇਲਜ਼ਾਮ ਨੇ ਪੁਲਿਸ ਤੇ ਔਰ ਇਹਨਾਂ ਸ਼ੂਟਰਾਂ ਦਾ ਪਿੱਛਾ ਨਹੀਂ ਕੀਤਾ ਗਿਆ ਨਾਕਾ ਨਹੀਂ ਲਗਾਇਆ ਗਿਆ ਕਿਉਂਕਿ ਜੇ ਨਾਕਾ ਲਗਾ ਆ ਗਿਆ ਹੁੰਦਾ ਤਾਂ ਇਹਨਾਂ ਦੀ ਗੱਡੀ ਆਏ ਸ਼ੂਟਰ ਜਿਹੜੇ ਨੇ ਉਹ ਨੋਟਿਸ ਦੇ ਵਿੱਚ ਆਉਂਦੇ ਔਰ ਇਹਨਾਂ ਨੂੰ ਫੜ ਲਿਆ ਜਾਂਦਾ ਤਾਂ ਵੱਡੀ ਲਾਪਰਵਾਹੀ ਕਹੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਪਰ ਵੱਡੀ ਖਬਰ ਸਾਹਮਣੇ ਆਈ ਹੈ ਮਿੱਟੀ ਦੇ ਵਿੱਚ ਜਿਹੜੇ ਹਥਿਆਰ ਦੱਬੇ ਸਨ ਉਹ ਵੀ ਪੁਲਿਸ ਨੇ ਕਾਬੂ ਲੈਨੇ ਉਹ ਹਥਿਆਰ ਉਸ ਵੇਲੇ ਦੱਬ ਦਿੱਤੇ ਗਏ ਸਨ ਵਰਤਨ ਤੋਂ ਬਾਅਦ ਪੇੜ ਜਿਹੜਾ ਉਸ ਦੇ ਹੇਠਾਂ ਮਿੱਟੀ ਦੇ ਵਿੱਚ ਦੱਬ ਦਿੱਤੇ ਗਏ ਸਨ 9mm ਦੀ ਪਿਸਤਲ ਦੀ ਜਿਹੜੀ ਵਰਤੋ ਹੋਈ ਸੀ ਉਹ ਪਿਸਤਲ ਜਿਹੜੀਆਂ ਨੇ ਮਿੱਟੀ ਹੇਠਾਂ ਦੱਬ ਦਿੱਤੀਆਂ ਗਈਆਂ ਸਨ ਪਰ ਤੁਸੀਂ ਦੇਖੋ ਕਿ ਸਿਰਫ ਔਰ ਸਿਰਫ 10 ਕਿਲੋਮੀਟਰ ਦਾ ਫਾਸਲਾ ਪਿੰਡ ਜਵਾਰਕੇ ਤੋਂ ਪਿੰਡ ਖਿਆਲਾ ਦਾ ਔਰ ਕਿੰਨੀ ਨੇੜੇ ਉਹ ਜਿਹੜੇ ਸ਼ੂਟਰ ਸੀਗੇ ਉਹ ਲੁਕੇ ਹੋਏ ਸੀ ਉਥੇ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਰ ਪੁਲਿਸ ਦੀ ਗ੍ਰਿਫਤੋ ਬਾਹਰ ਰਹਿੰਦੇ ਨੇ ਉਸ ਵੇਲੇ ਹਾਲਾ ਕੀ ਇਹ ਵੀ ਦੱਸਿਆ ਜਾ ਰਿਹਾ ਕਿ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਹਰਿਆਣਾ ਜਾਂਦੇ ਨੇ ਤਾਂ ਪੰਜਾਬ ਦਾ ਬਾਰਡਰ ਕਿਸ ਤਰ੍ਹਾਂ ਟੱਪ ਜਾਂਦੇ ਨੇ ਬਾਰਡਰ ਤੇ ਕਿਉਂ ਨਾਕਾਬੰਦੀ ਨਹੀਂ ਹੋਈ ਬਾਰਡਰ ਕਿਸ ਤਰ੍ਹਾਂ ਟੱਪ ਗਏ ਪੰਜਾਬ ਪੁਲਿਸ ਉਸ ਵੇਲੇ ਮੁਸਤੈਦ ਕਿਉਂ ਨਹੀਂ ਸੀ ਕਿਉਂ ਚੁਸਤੀ ਦੇ ਨਾਲ ਫੁਰਤੀ ਦੇ ਨਾਲ ਇਹਨਾਂ ਸ਼ੂਟਰਾਂ ਨੂੰ ਉਸੇ ਵੇਲੇ ਨਹੀਂ ਫੜਿਆ ਗਿਆ ਇਹ ਵੱਡੇ ਸਵਾਲ ਨੇ ਤਾਂ ਲਾਪਰਵਾਹੀ ਕਿਤੇ ਨਾ ਕਿਤੇ ਸਾਹਮਣੇ ਆਈ ਹੈ ਔਰ ਇਹ ਤਸਵੀਰਾਂ ਪਿੰਡ ਖਿਆਲਾ ਦੀਆਂ ਸੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਇਸੇ ਥਾਂ ਤੇ ਉਹ ਸ਼ੂਟਰ ਜਿਹੜੇ ਨੇ ਉਹ ਲੁਕੇ ਰਹੇ ਨੇ ਪੌਣਾ ਘੰਟਾ ਦੱਸਿਆ ਜਾ ਰਿਹਾ ਇੱਥੇ ਰੁਕ ਕੇ ਉਹਨਾਂ ਨੇ ਆਪਣੇ ਸਾਥੀਆਂ ਦੀ ਉਡੀਕ ਕੀਤੀ ਔਰ ਉਸ ਤੋਂ ਬਾਅਦ ਇੱਥੋਂ ਫਰਾਰ ਹੋਏ ਨੇ ਪੰਜਾਬ ਦਾ ਬਾਰਡਰ ਟੱਪਿਆ ਹਰਿਆਣਾ ਗਏ ਨੇ ਔਰ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਮਿੱਟੀ ਚ ਹਥਿਆਰ ਦੱਬ ਕੇ ਅੱਧਾ ਘੰਟਾ ਪੌਣਾ ਘੰਟਾ ਇੱਥੇ ਉਡੀਕ ਕਰਕੇ ਫਿਰ ਸ਼ੂਟਰ ਇੱਥੋਂ ਗਏ ਨੇ ਤਾਂ ਜਿਸ ਥਾਂ ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰੀਆਂ ਗਈਆਂ ਨੇ ਤਬੜ ਤੋੜ ਗੋਲੀਆਂ ਚਲਾਈਆਂ ਗਈਆਂ ਸਨ 29 ਮਈ ਨੂੰ ਪਿੰਡ ਜਵਾਰਕੇ ਉੱਥੋਂ ਸਿਰਫ 10 ਕਿਲੋਮੀਟਰ ਦੂਰ ਹੈ ਪਿੰਡ ਖਿਆਲਾ ਔਰ ਸਦੂ ਮੁਸੇਵਾਲੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਉਸਤੇ ਹਮਲਾ ਕਰਨ ਤੋਂ ਬਾਅਦ ਇਸ ਥਾਂ ਤੇ ਮੌਜੂਦ ਸਿਗੇ ਜਿਹੜੇ ਸ਼ੂਟਰ ਸਿਗੇ ਪਿੰਡ ਖਿਆਲਾ ਦੇ ਵਿੱਚ ਲੁਕੇ ਹੋਏ ਸਿਓ ਰਨੀ ਵੀ ਦੂਰ ਨਹੀਂ ਸੀ ਇਹ ਤਾਂ ਕਿ ਪੁਲਿਸ ਪਿੱਛਾ ਨਾ ਕਰ ਸਕਦੀ ਹੈ ਇਹਨਾਂ ਨੂੰ ਫੜ ਨਾ ਸਕਦੀ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਪਿੰਡ ਖਿਆਲਾ ਰੁਕੇ ਰਹੇ ਨੇ ਮਿੱਟੀ ਦੇ ਵਿੱਚ ਸਥਾ ਹਥਿਆਰ ਦੱਬੇ ਗਏ ਨੇ ਔਰ ਉਸ ਤੋਂ ਬਾਅਦ ਸਾਥੀਆਂ ਦੇ ਨਾਲ ਇੱਥੋਂ ਫਰਾਰ ਹੋਏ ਸੰ ਸ਼ੂਟਰ ਔਰ ਪੰਜਾਬ ਪੁਲਿਸ ਕਿਉਂ ਉਸੇ ਵੇਲੇ ਪਿੱਛਾ ਨਹੀਂ ਕਰਦੀ ਜਿਹੜਾ ਸਾਬਕਾ ਫੌਜੀ ਹੈ ਜਿਸ ਨੇ ਵੱਡਾ ਬਿਆਨ ਦਿੱਤਾ ਸੀ ਕਿ ਮੈਂ ਦੱਸਿਆ ਸੀ ਪੁਲਿਸ ਨੂੰ ਕਿ ਇਸ ਰਾਹ ਪਏ ਨੇ ਉਹ ਸ਼ੂਟਰ ਪਰ ਪੁਲਿਸ ਉਸ ਰਾਤ ਉਹਨਾਂ ਦਾ ਪਿੱਛਾ ਕਰਨ ਨਹੀਂ ਜਾਂਦੀ ਤਾਂ ਇਲਜ਼ਾਮ ਉਸ ਵੇਲੇ ਉਸ ਸਾਬਕਾ ਫੌਜੀ ਵੱਲੋਂ ਲਗਾਏ ਗਏ ਸੀ ਪੁਲਿਸ ਤੇ ਵੀ ਔਰ ਸਿੱਧੂ ਮੁਸੇਵਾਲੇ ਦੇ ਸਾਥੀਆਂ ਤੇ ਵੀ ਪਰ ਵੱਡੀ ਖਬਰ ਇਹ ਹੈ ਕਿ ਜਵਾਰ ਕੇ ਪਿੰਡ ਤੋਂ ਠੀਕ 10 ਕਿਲੋਮੀਟਰ ਦੂਰੀ ਤੇ ਸੀ ਪਿੰਡ ਖਿਆਲਾ ਜਿੱਥੇ ਇਹ ਸ਼ੂਟਰ ਅੱਧੇ ਤੋਂ ਪੌਣਾ ਘੰਟਾ ਲੁਕੇ ਰਹੇ ਨੇ ਹਥਿਆਰ ਸਮੇਤ ਉੱਥੋਂ ਫਰਾਰ ਹੋਏ ਇਸੇ ਪਿੰਡ ਦੇ ਵਿੱਚ ਲੁਕੇ ਰਹੇ ਨੇ ਔਰ ਉਸ ਤੋਂ ਬਾਅਦ ਸਾਥੀਆਂ ਦੇ ਨਾਲ ਮਿਲ ਕੇ ਇੱਥੋਂ ਫਿਰ ਫਰਾਰ ਹੋ ਜਾਂਦੇ ਨੇ ਪੰਜਾਬ ਦਾ ਬਾਰਡਰ ਟੱਪਿਆ ਜਾਂਦਾ ਹੈ ਬਾਰਡਰ ਕਿਸ ਤਰ੍ਹਾਂ ਪਾਰ ਕਰ ਲੈਂਦੇ ਨੇ ਕਿਉਂ ਉਸੇ ਵੇਲੇ ਪੁਲਿਸ ਵੱਲੋਂ ਫੁਰਤੀ ਦੇ ਨਾਲ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਨੂੰ ਨਹੀਂ ਫੜਿਆ ਗਿਆ ਇਹ ਵੱਡੇ ਸਵਾਲ ਨੇ